ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ? ਉਮੀਦ ਹੈ ਸਾਰੇ ਜਣੇ ਠੀਕ ਹੋਵੋਗੇ। ਅਤੇ ਵੈਲਕਮ ਹੈ ਜੀ ਤੁਹਾਡਾ ਡੇਰਾ ਪੰਜਾਬ ਚੈਨਲ ਉੱਤੇ। ਅਤੇ ਅੱਜ ਦਾ ਵਲੋਗ ਮੇਰਾ ਕਾਫੀ ਦਿਨਾਂ ਬਾਅਦ ਆ ਰਿਹਾ, ਮੈਨੂੰ ਪਤਾ ਆ। ਅਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਸੋਰੀ, ਦਿਲੋਂ ਸੋਰੀ। ਅਤੇ ਹੁਣ ਮੈਂ ਰੈਗੂਲਰ ਵਲੋਗ ਲਿਆਉਣ ਦੀ ਕੋਸ਼ਿਸ਼ ਕਰਾਂਗੀ, ਕਿਉਂਕਿ ਤੁਹਾਨੂੰ ਪਤਾ ਕਿ ਘਰ ਵਿੱਚ ਬੇਬੀਜ਼ ਨਾਲ, ਤੁਹਾਨੂੰ ਪਤਾ ਵਾ ਦੋ ਬੇਬੀ ਗਰਲ ਆ ਮੇਰੀ, ਅਤੇ ਸਿਮਰਤ ਵੀ ਹਜੇ ਛੋਟੀ ਆ, ਇਸ ਕਰਕੇ ਕਾਫੀ ਮੈਨੂੰ ਪ੍ਰੋਬਲਮਸ ਆਉਂਦੀਆਂ ਨੇ। ਵੀਡੀਓਜ਼ ਬਣਾਉਣ ਵਿੱਚ ਟਾਈਮ ਨਹੀਂ ਨਿਕਲਦਾ ਹੈਗਾ, ਵੈਸੇ ਕੋਈ ਇੰਨਾ ਟਾਈਮ ਨਹੀਂ ਲੱਗਦਾ ਵੀਡੀਓਜ਼ ਵਿੱਚ, ਪਰ ਫਿਰ ਵੀ ਕਾਫੀ ਐਡਿਟਿੰਗ ਵਗੈਰਾ ਜਾਂ ਕੁਛ ਦੇ ਚੱਕਰ ਵਿੱਚ ਅੱਧਾ ਪੌਣਾ ਘੰਟਾ ਲੱਗ ਜਾਂਦਾ, ਅਤੇ ਅੱਧਾ ਪੌਣਾ ਘੰਟਾ ਕੱਢਣਾ ਵੀ ਇੱਕ ਹਾਊਸ ਵਾਈਫ ਵਾਸਤੇ ਬਹੁਤ ਟਫ ਆ। ਅਤੇ ਪਰ ਫਿਰ ਵੀ ਇਹ ਮੇਰਾ ਕੰਮ ਆ, ਅਤੇ ਇਹਦੇ ਵਾਸਤੇ ਹੁਣ ਮੈਂ ਜ਼ਰੂਰ ਟਾਈਮ ਕੱਢਾਂਗੀ। ਸੋ ਜਿੱਦਾਂ ਪਹਿਲਾਂ ਪਿਆਰ ਦਿੰਦੇ ਰਹੇ ਹੋ, ਪਲੀਜ਼ ਮੇਰੀਆਂ ਵੀਡੀਓ ਨੂੰ ਇੱਦਾਂ ਪਿਆਰ ਦਿਓ। ਅਤੇ ਹੁਣ ਤਾਂ ਫਿਲਹਾਲ ਗਰਮੀ ਵੀ ਬਹੁਤ ਹੋ ਚੁੱਕੀ ਆ, ਤੋਬਾ ਤੋਬਾ ਹੋ ਗਈ ਆ ਗਰਮੀ ਦੀ। ਅਤੇ ਸਿਮਰਤ ਨੂੰ ਮੰਮਾ ਨੇ ਬਾਹਰ ਚੁੱਕਿਆ ਹੋਇਆ ਵਾ, ਅਤੇ ਛੋਟੀਆਂ ਨੂੰ ਰੀਤ ਸੌਂ ਗਈ ਆ। ਅਤੇ ਮੈਂ ਘਰ ਦਾ ਸਾਰਾ ਕੰਮ ਫਿਨਿਸ਼ ਕਰਕੇ, ਅਤੇ ਹੁਣ ਮੈਂ ਲੱਗੀ ਹਾਂ ਜੀ ਬਸ ਆਰਾਮ ਕਰਨ। ਅਤੇ ਮੈਂ ਸੋਚਿਆ ਕਿ ਚਲੋ ਅੱਜ ਛੋਟਾ ਜਿਹਾ ਵਲੋਗ ਤੁਹਾਡੇ ਵਾਸਤੇ ਬਣਾ ਦਿੰਦੀ ਹਾਂ, ਕਿਉਂਕਿ ਇੰਸਟਾ 'ਤੇ ਕਾਫੀ ਕਮੈਂਟ ਆਉਂਦੇ ਸੀਗੇ ਕਿ ਤੁਸੀਂ ਵਲੋਗ ਕਿਉਂ ਨਹੀਂ ਲੈ ਕੇ ਆਉਂਦੇ। ਅਤੇ ਮੈਂ ਜ਼ਰੂਰ ਜਿਹੜਾ ਵਾ, ਇੱਕ ਜਣੇ ਨੇ ਅੱਜ ਮੈਨੂੰ ਪਰਸਨਲ ਫੋਨ ਕਰਕੇ ਕਿਹਾ ਕਿ ਪਲੀਜ਼ ਤੁਸੀਂ ਆਪਣਾ ਕੰਮ ਬੰਦ ਨਾ ਕਰੋ, ਪਲੀਜ਼ ਥੋੜ੍ਹੇ ਬਹੁਤੇ ਛੋਟੇ ਛੋਟੇ ਵਲੋਗ ਜਿਹੜੇ ਆਪਣੇ ਬੇਬੀਜ਼ ਦੇ ਜਾਂ ਆਪਣੇ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ। ਅਤੇ ਅੱਜ ਇਸ ਕਰਕੇ ਮੈਂ ਟਾਈਮ ਕੱਢ ਕੇ ਵਲੋਗ ਬਣਾ ਰਹੀ ਹਾਂ। ਅਤੇ ਥੈਂਕ ਯੂ ਜੀ, ਤੁਸੀਂ ਇੰਨਾ ਯਾਦ ਰੱਖਦੇ ਹੋ, ਇੰਨਾ ਪਿਆਰ ਕਰਦੇ ਹੋ। ਪਹਿਲਾਂ ਤਾਂ ਇਹ ਗੱਲ ਸੋਚ ਕੇ ਹੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ, ਤਸੱਲੀ ਮਿਲਦੀ ਹੈ ਕਿ ਹਾਂ ਜੀ ਆਪਾਂ ਕੰਮ ਕਰਦੇ ਹਾਂ ਤਾਂ ਕੋਈ ਸਾਨੂੰ ਪਿਆਰ ਜ਼ਰੂਰ ਕਰਦਾ ਹੈ। ਅਤੇ ਬਾਕੀ ਜੀ ਅੱਜ ਦਾ ਮੇਰਾ ਵਲੋਗ ਆ, ਮੈਂ ਲੈ ਕੇ ਆਈ ਹਾਂ ਜੀ ਓਪਰੇਟ ਤੋਂ ਬਾਅਦ ਜਿਹੜੀ ਆ ਸਾਡੀ ਬੋਡੀ ਕੰਡੀਸ਼ਨ ਕਿਵੇਂ ਹੁੰਦੀ ਆ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਆਪੋ ਆਪਣੀ ਬੋਡੀ ਆ, ਆਪੋ ਆਪਣਾ ਮਤਲਬ ਕਿ ਹੁਣ ਜਿਵੇਂ ਮੇਰੀ ਸੀਗੀ, ਮੇਰਾ ਕੇਸ ਜਿਹੜਾ ਕੰਪਲੀਕੇਸ਼ਨ ਸੀਗੀ, ਬੀਪੀ ਦੀ ਪ੍ਰੋਬਲਮ ਸੀਗੀ, ਬਲੱਡ ਦੀ ਪ੍ਰੋਬਲਮ ਸੀਗੀ। ਅਤੇ ਵੈਸੇ ਓਪਰੇਟ ਤੋਂ ਬਾਅਦ ਜਿਹੜਾ ਸਾਨੂੰ ਕਰਨਾ ਚਾਹੀਦਾ, ਕਿਉਂਕਿ ਇੰਸਟਾ 'ਤੇ ਵੀ ਮੈਨੂੰ ਪੁੱਛਿਆ ਆ ਕਿ ਸਾਨੂੰ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ। 3 ਮਹੀਨੇ ਦੀ ਪਹਿਲਾਂ ਤਾਂ ਫੁੱਲ ਰੈਸਟ ਹੁੰਦੀ ਆ ਜਿਹਦਾ ਓਪਰੇਟ ਹੁੰਦਾ, ਅਤੇ ਇੱਦਾਂ ਹੁੰਦਾ ਨਹੀਂ ਆ ਵੈਸੇ ਨੋਰਮਲ, ਕਿਉਂਕਿ ਮਾੜਾ ਮੋਟਾ ਤਾਂ ਚੱਲਣਾ ਫਿਰਨਾ ਪੈਂਦਾ ਹੀ ਆ, ਕੰਮ ਥੋੜ੍ਹਾ ਛੋਟੇ ਛੋਟੇ ਹੌਲੇ ਹੌਲੇ ਕੰਮ ਤਾਂ ਕਰਨੇ ਹੀ ਪੈਂਦੇ ਆ ਘਰ ਵਿੱਚ, ਅਤੇ ਉਹ ਨੋਰਮਲ ਜਿਹੜੀਆਂ ਵਾ ਹਾਊਸ ਵਾਈਫ ਉਹ ਕਰਦੀਆਂ ਵੀ ਨੇ। ਅਤੇ ਬਾਕੀ ਜਿਹੜਾ ਵਾ ਸਾਨੂੰ ਧਿਆਨ ਰੱਖਣਾ ਚਾਹੀਦਾ ਭਾਰੀ ਚੀਜ਼ ਚੁੱਕਣ ਦਾ, ਭਾਰੀ ਚੀਜ਼ ਬਿਲਕੁਲ ਨਹੀਂ ਚੁੱਕਣੀ, ਉਹ ਤਾਂ ਬਿਲਕੁਲ ਹੀ ਬੰਦ ਆ, ਕਿਉਂਕਿ ਜੇ ਤੁਸੀਂ ਇੱਦਾਂ ਕਰੋਗੇ ਤਾਂ ਇਹ ਹੱਡ ਨੂੰ ਹੀ ਗਾੜੀ ਤੰਗੀ ਆਊਗੀ। ਅਤੇ ਆਪਣਾ ਸਿਰ ਪੈਰ ਜਿਹੜਾ ਵਾ ਉਹ ਕਵਰ ਕਰਕੇ ਰੱਖਣਾ ਹੁੰਦਾ ਆ। ਅਤੇ ਫਿਲਹਾਲ ਹੁਣ ਤਾਂ ਬਹੁਤ ਗਰਮੀ ਆ, ਪੂਰੀ ਸਲੀਵਸ ਦੀ ਪੂਰੀਆਂ ਬਾਹਾਂ ਦੀ ਜਿਹੜੀ ਆ ਉਹ ਸ਼ਰਟ ਜਾਂ ਕੁਛ ਵੀ ਇੱਦਾਂ ਦਾ ਪਾਉਣਾ ਹੁੰਦਾ ਵਾ, ਅਤੇ ਆਪਣਾ ਸਿਰ ਜ਼ਰੂਰ ਢੱਕ ਕੇ ਰੱਖਣਾ ਹੁੰਦਾ ਵਾ। ਅਤੇ ਫਿਲਹਾਲ ਜਦੋਂ ਨੁਰੀਤ ਹੋਈ ਸੀ ਉਦੋਂ ਮੈਂ 10 ਕੁ ਦਿਨ ਜਿਹੜਾ ਵਾ ਉਹ ਕਾਫੀ ਜਿਹੜਾ ਵਾ ਪਰਹੇਜ਼ ਕੀਤਾ, ਉਦੋਂ ਵੀ ਬਹੁਤ ਗਰਮੀ ਸੀ, ਪਰ ਹੁਣ ਤਾਂ ਬਹੁਤ ਜ਼ਿਆਦਾ ਗਰਮੀ ਆ। ਸੋ ਮੈਂ ਵੀ ਇਸ ਵਿੱਚ ਬਹੁਤ ਜਿਹੜੀ ਆ ਉਹ ਮਤਲਬ ਨਹੀਂ ਕਵਰ ਕਰਦੀ ਆਪਣੇ ਆਪ ਨੂੰ, ਬਹੁਤ ਗਰਮੀ ਲੱਗਦੀ ਆ। ਇੱਕ ਬਲੱਡ ਵੀ ਮੈਨੂੰ ਚੜਿਆ ਸੀ, ਉਹਦੇ ਨਾਲ ਵੀ ਬਹੁਤ ਜ਼ਿਆਦਾ ਅਨਕੰਫਰਟੇਬਲ ਜਿਹਾ ਫੀਲ ਹੁੰਦਾ ਵਾ, ਬਹੁਤ ਗਰਮੀ ਬਹੁਤ ਜ਼ਿਆਦਾ ਹੀ ਲੱਗਦੀ, ਕਾਹਲੀ ਪੈਂਦੀ ਆ ਬਿਲਕੁਲ। ਅਤੇ ਕਾਫੀ ਜਣੇ ਮੈਨੂੰ ਕਹਿ ਦਿੰਦੇ ਆ ਕਿ ਤੂੰ ਪਰਹੇਜ਼ ਨਹੀਂ ਕਰਨ ਦੀ ਹੈਗੀ, ਤੈਨੂੰ ਕੱਲ੍ਹ ਨੂੰ ਪਤਾ ਲੱਗਣਾ, ਤੇਰਾ ਲੱਕ ਦਰਦ ਹੋਇਆ ਕਰਨਾ, ਤੇਰਾ ਸਿਰ ਦਰਦ ਹੋਇਆ ਕਰਨਾ ਵਾ। ਪਰ ਮੈਂ ਕੀ ਕਰਾਂ, ਮੇਰੇ ਕੋਲ ਇੰਨੀ ਗਰਮੀ ਹੁੰਦੀ ਹੈ ਕਿ ਮੇਰੇ ਕੋਲ ਕਵਰ ਹੀ ਨਹੀਂ ਹੁੰਦਾ ਆਪਣੇ ਆਪ ਨੂੰ। ਅਤੇ ਵੈਸੇ ਕਾਫੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਰਾਤ ਨੂੰ ਜਿਵੇਂ ਫੈਨ ਦੇ ਥੱਲੇ ਸੋਨੀ ਹਾਂ ਜਾਂ ਦੁਪਹਿਰੇ ਫੈਨ ਦੇ ਥੱਲੇ ਸੋਨੀ ਹਾਂ ਤਾਂ ਆਪਣਾ ਸਿਰ ਮੈਂ ਕਵਰ ਕਰਕੇ ਰੱਖਾਂ। ਅਤੇ ਇਹੋ 2-4 ਗੱਲਾਂ ਜਿਹੜੀਆਂ ਆਪਾਂ ਧਿਆਨ ਰੱਖਣੀਆਂ ਕਿ ਇੱਕ ਭਾਰੀ ਚੀਜ਼ ਨਹੀਂ ਚੁੱਕਣੀ ਹੈਗੀ, ਇੱਕ ਜਿਹੜਾ ਵਾ ਉਹ ਆਪਣੀ ਬੋਡੀ ਨੂੰ ਕਵਰ ਕਰਕੇ ਰੱਖਣਾ। ਜਿੰਨਾ ਤੁਸੀਂ ਕਵਰ ਕਰਕੇ ਰੱਖੋਗੇ ਉਹਨਾਂ ਤੁਹਾਨੂੰ ਕੱਲ੍ਹ ਨੂੰ ਫਾਇਦਾ ਹੋਊਗਾ, ਤੁਹਾਡਾ ਲੱਕ ਦਰਦ ਨਹੀਂ ਹੋਊਗਾ, ਤੁਹਾਡਾ ਸਰੀਰ ਦਰਦ ਨਹੀਂ ਹੋਊਗਾ, ਅਤੇ ਜਲਦੀ ਤੋਂ ਜਲਦੀ ਤੁਹਾਡਾ ਜਿਹੜੀ ਬੋਡੀ ਆ ਉਹ ਰਿਕਵਰ ਕਰੂਗੀ। ਅਤੇ ਵਧੀਆ ਚੀਜ਼ਾਂ ਖਾਣੀਆਂ ਨੇ ਆਪਣੀਆਂ, ਤਲੀਆਂ ਤੁਲੀਆਂ ਚੀਜ਼ਾਂ ਮਿਰਚ ਵਾਲੀਆਂ ਨਹੀਂ ਖਾਣੀਆਂ ਹੈਗੀਆਂ, 1.25 ਮਹੀਨਾ ਤਾਂ ਬਿਲਕੁਲ ਨਹੀਂ ਖਾਣੀਆਂ ਹੁੰਦੀਆਂ, ਉਹ ਤੁਹਾਨੂੰ ਸਾਰਿਆਂ ਨੋਰਮਲੀ ਜਿਹੜੀਆਂ ਸਾਡੇ ਘਰ ਵਿੱਚ ਬਜ਼ੁਰਗ ਦੇ ਸਾਰੇ ਦੱਸ ਦਿੰਦੇ ਆ, ਵੱਡਿਆਂ ਨੂੰ ਪਤਾ ਹੁੰਦਾ। ਹਾਂ ਜਿਹੜੇ ਮੇਰੇ ਵੀਡੀਓਜ਼ ਤੋਂ ਪੁੱਛਦੇ ਆ ਵਲੋਗਸ ਤੋਂ ਕਿ ਹਾਂ ਦੀਦੀ ਤੁਸੀਂ ਕਿੱਦਾਂ ਆਪਣੇ ਕਰ ਰਹੇ ਹੋ, ਤੁਸੀਂ ਆਪਣੀ ਡੇਲੀ ਰੂਟੀਨ ਵਲੋਗ ਪਾਇਆ ਕਰੋ, ਜਾਂ ਕਿੱਦਾਂ ਤੁਸੀਂ ਆਪਣੀ ਬੋਡੀ ਨੂੰ ਮੇਨਟੇਨ ਰੱਖ ਰਹੇ ਹੋ, ਕਿੱਦਾਂ ਤੁਸੀਂ ਆਪਣਾ ਸਾਰਾ, ਉਹ ਮੈਂ ਉਹਨਾਂ ਵਾਸਤੇ ਇਹ ਵੀਡੀਓ ਪਾਈ ਆ। ਵੈਸੇ ਇਹ ਨੋਰਮਲ ਗੱਲਾਂ ਨੇ, ਸਾਰਿਆਂ ਨੂੰ ਪਤਾ ਹੀ ਹੁੰਦੀਆਂ ਨੇ। ਬਾਕੀ ਥੈਂਕ ਯੂ ਜੀ ਜਿਹੜੇ ਪੁੱਛਦੇ ਆ, ਇੱਦਾਂ ਪਿਆਰ ਕਰਦੇ ਆ, ਬਸ ਇੱਦਾਂ ਹੀ ਤੁਸੀਂ ਪੁੱਛਦੇ ਰਹੋ, ਮੈਂ ਤੁਹਾਨੂੰ ਦੱਸਦੀ ਰਹਾਂਗੀ। ਇੱਦਾਂ ਹੀ ਬਸ ਪਿਆਰ ਬਣਾਈ ਰੱਖੋ, ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕ ਯੂ ਜੀ।